ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਨਸ਼ਿਆਂ ਖਿਲਾਫ਼ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਜਕਾਰੀ ਦੇ ਚੱਲਦਿਆਂ ਦਮਦਮਾ ਸਾਹਿਬ ਦੇ ਇੱਕ ਹੋਰ ਨੌਜਵਾਨ ਚੜ੍ਹਿਆ ਚਿੱਟੇ ਦੀ ਭੇਟ। ਪੰਜਾਬ ਵਿੱਚ ਚਿੱਟੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ। ਜੇਕਰ ਗੱਲ ਕਰੀਏ ਤਲਵੰਡੀ ਸਾਬੋ ਦੀ ਤਾਂ ਇੱਥੇ ਪਹਿਲਾਂ ਹੀ ਚਿੱਟੇ ਦੀ ਵੱਧ ਡੋਜ਼ ਲੈਣ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਖਬਰਾਂ ਦੀ ਗੂੰਜ ਸੁਣਨੀ ਬੰਦ ਨਹੀਂ ਸੀ ਹੋਈ ਕਿ ਰਾਤੀਂ ਫਿਰ ਤਲਵੰਡੀ ਸਾਬੋ ਦੇ ਵਾਰਡ ਨੰਬਰ 10 ਦੇ 23 ਸਾਲਾ ਨੌਜਵਾਨ ਲਵਪ੍ਰੀਤ ਉਰਫ ਬੱਬੂ ਦੀ ਚਿੱਟੇ ਦੀ ਵੱਧ ਡੋਜ਼ ਨਾਲ ਮੌਤ ਹੋ ਗਈ ਹੈ, ਜਿਸ ਨਾਲ ਉਸਦੇ ਘਰ, ਗਲੀ, ਮੁਹੱਲੇ ਅਤੇ ਸ਼ਹਿਰ ਵਿੱਚ ਸੋਗ ਅਤੇ ਪ੍ਰਸ਼ਾਸਨ ਵਿਰੁੱਧ ਰੋਸ ਦਾ ਮਾਹੌਲ ਪੈ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮ੍ਰਿਤਕ ਨੌਜਵਾਨ ਮਾਪਿਆਂ, ਪਤਨੀ ਅਤੇ 3 ਮਹੀਨਿਆਂ ਦੀ ਲੜਕੀ ਨੂੰ ਪਿੱਛੇ ਛੱਡ ਕੇ ਨਸ਼ੇ ਦੀ ਭੇਟ ਚੜ੍ਹ ਗਿਆ ਹੈ। ਇਸ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਜੀਵਨ ਖਾਨ ਅਤੇ ਚਾਚਾ ਜੱਸੀ ਖਾਨ ਨੇ ਦੱਸਿਆ ਕਿ ਕੱਲ੍ਹ ਸਵੇਰੇ ਅਣਪਛਾਤੇ ਨੌਜਵਾਨ ਸਾਡੇ ਲੜਕੇ ਨੂੰ ਨਾਲ ਲੈ ਗਏ ਸਨ, ਜਿਸ ਤੋਂ ਬਾਅਦ ਬੱਬੂ ਦੀ ਲਾਸ਼ ਰਜਵਾਹੇ ਲਾਗੋ ਸਮੇਤ ਨਸ਼ਾ ਮਿਲੀ ਹੈ। ਉੱਧਰ ਕੀਰਨੇ ਪਾਉਂਦੀ ਮ੍ਰਿਤਕ ਦੀ ਮਾਤਾ ਨੇ ਇਸ ਦਾ ਦੋਸ਼ ਸ਼ਹਿਰ ਵਿੱਚ ਬਣੇ ਪਾਰਕਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲ ਨੂੰ ਦੱਸ ਕੇ ਪੰਜਾਬ ਸਰਕਾਰ ਤੋਂ ਤਲਵੰਡੀ ਸਾਬੂ ਵਿੱਚ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਇਸ ਦੀ ਸਿੱਧੀ ਜ਼ਿੰਮੇਵਾਰੀ ਪੁਲਿਸ ਦੇ ਉੱਚ ਅਧਿਕਾਰੀਆਂ ਸਿਰ ਮੜਦਿਆਂ ਕਿਹਾ ਕਿ ਸਿਰਫ ਚਿੱਟਾ ਹੀ ਨਹੀਂ ਸਗੋਂ ਹਰ ਪ੍ਰਕਾਰ ਦੇ ਨਸ਼ੇ ਦੀ ਵਿਕਰੀ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋ ਰਹੀ ਹੈ। ਉੱਧਰ ਇਸ ਸੰਬੰਧੀ ਤਲਵੰਡੀ ਸਾਬੋ ਦੇ DSP ਬਰਿੰਦਰ ਸਿੰਘ ਗਿੱਲ ਨੇ ਮੰਨਿਆ ਕਿ ਉਕਤ ਨੌਜਵਾਨ ਦੀ ਮੌਤ ਚਿੱਟੇ ਦੀ ਵੱਧ ਡੋਜ਼ ਲੈਣ ਨਾਲ ਹੋਈ ਹੈ ਅਤੇ ਅਸੀਂ ਇਸ ਸੰਬੰਧੀ ਅਣਪਛਾਤੇ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਲਵੰਡੀ ਸਾਬੋ ਤੋਂ ਗੁਰਜੰਟ ਸਿੰਘ ਨੱਥੇਹਾ ਦੀ ਵਿਸ਼ੇਸ਼ ਰਿਪੋਰਟ। ਚਿੱਟੇ ਆਇਆਂ ਨੂੰ ਦਿੰਨੀਆਂ ਤਾਲੇ ਪੁੱਤਾ, ਵੇਵੇਰਾ ਪੁੱਤ ਖਵਾਤਾ ਪੁੱਤਾ, ਵੇਵੇਰਾ ਸਿਆਣਾ ਰੇਤ ਚ ਰਲ ਗਿਆ ਵਚੜਿਓ। ਹਾਏ ਡੇਢ ਸਾਲ ਹੋ ਗਿਆ ਪੁੱਤਾ। ਜਿਵੇਂ ਪੁਲਿਸ ਸਰਕਾਰ ਕਹਿੰਦੀ ਵੀ ਨਸ਼ਾ ਇੱਥੇ ਹੈ ਨੀ, ਤੁਸੀਂ ਕੀ ਕਹਿਣਾ ਚਾਹੋਗੇ? ਵੇ ਪੁੱਤ ਸਭ ਕੁਛ ਹੈਗਾ ਪੁੱਤਾ, ਵੇ ਜਿਹੜਾ ਪਾਰਕ ਬਣਾਤਾ ਸਰਕਾਰਾਂ ਨੇ, ਵੇ ਨਸ਼ੇ ਖਾਤਰ ਬਣਾਤਾ ਪੁੱਤਾ। ਕਿੰਨਾ ਚਿਰ ਹੋ ਗਿਆ ਸੀ? ਪੁਲਿਸ ਦਾਅਵੇ ਕਰਦੀ ਇੱਥੇ ਵੀ ਇੱਥੇ ਵਿਕਦਾ ਨੀ ਤਲਵੰਡੀ ਸਾਬੋ ਚਿੱਟਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਸਰਕਾਰਾਂ ਦੀ ਅਣਗਹਿਲੀ ਹੈ ਜੀ। ਅੱਛਾ, ਇਹ ਕੋਈ ਨਾਮਲੂਮ ਬੰਦੇ ਸੀ, ਦੱਸਿਆ ਨਾਲ ਕਿ 3 ਬੰਦੇ ਸੀ, 3 ਬੰਦੇ ਆਏ ਅਤੇ ਆ ਕੇ ਗੱਡੀ 'ਚ ਬਿਠਾ ਕੇ ਲੈ ਗਏ ਸੀ ਅਤੇ ਬਾਅਦ 'ਚ ਉਹਨੂੰ ਓਵਰਡੋਸ ਕਰਕੇ ਉਹਦੀ ਮੌਤ ਕਰ ਦਿੱਤੀ ਹੈ। ਹੁਣ ਗੱਲਾਂ ਦੱਸ ਕਰ ਲਿਆ ਸੀ, ਤਫਤੀਸ਼ ਚੱਲ ਰਹੀ ਹੈ, ਪੋਸਟਮਾਰਟਮ ਕਰਾ ਕੇ ਮਿਸਾ ਰਿਪੋਰਟ ਭੇਜਾਂਗੇ ਅਤੇ ਬੰਦੇ ਅਰੈਸਟ ਕਰਾਂਗੇ ਪਾਰਕ। ਸਰ ਪਹਿਲਾਂ ਵੀ ਆਦੀ ਸੀਗਾ ਇਹ ਚਿੱਟੇ ਜ਼ਮੀਨ ਦੇ? ਇਹ ਪਹਿਲਾਂ ਨਸ਼ੇ ਕਰਦਾ ਸੀ। ਸਖ਼ਤੀ ਅਸੀਂ ਪੂਰੀ ਕੀਤੀ ਹੋਈ ਹੈ ਇਸ ਟਾਈਮ, ਪਰ
ਚੰਦ ਲੋਕ ਬਾਰਡਰ ਲਾਗੇ ਹੋਣ ਕਰਕੇ ਉੱਥੋਂ ਸਮਾਨ ਲੈ ਆਉਂਦੇ ਨੇ ਅਤੇ ਚੋਰ ਛਪ ਲੈ ਕੇ ਆਉਂਦੇ ਲਿਆਉਂਦੇ ਥੋੜ੍ਹਾ ਜਿਹਾ ਦੋ ਗ੍ਰਾਮ ਲੈ ਕੇ ਆਉਂਦੇ ਨੇ, ਇੱਕ ਗ੍ਰਾਮ ਪੀ ਲੈਂਦੇ ਨੇ, ਇੱਕ ਗ੍ਰਾਮ ਗਾਹ ਦੇ ਦਿੰਦੇ ਨੇ ਅਤੇ ਕੋਈ ਵੱਡੀ ਮਾਤਰਾ ਵਿੱਚ ਨਹੀਂ ਕਰਦੇ, ਮਾਤਰਾ ਥੋੜ੍ਹੀ ਇਹਨਾਂ ਦੀ। ਠੀਕ ਹੈ।